ਖੁਦਾ 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 ਕਰਕੇ ਅੱਜ ਬੜੇ ਹੀ ਮਹੀਨਿਆਂ ਤੋਂ ਬਾਅਦ ਕੈਮਰਾ ਚੱਕਿਆ ਵਲੌਗ ਸ਼ੁਰੂ ਕਰ ਰਿਹਾ ਅਤੇ ਬਸ ਵਜ੍ਹਾ ਉਹਦੀ ਸੀ ਨਾ ਸੁਸਤੀ ਨਾ ਅਹਿਲੀ ਕਾਹਲੀ ਅਤੇ ਹੋਰ ਵੀ ਤੁਸੀਂ ਜੋ ਮਰਜ਼ੀ ਕਹਿ ਲਓ ਸੋ ਅੱਜ ਜਨਾਬ ਇੱਕ ਵਾਟਰ ਪਾਰਕ ਚੱਲੇ ਹਾਂ ਵਾਟਰ ਪਾਰਕ ਵੈਸੇ ਸਪੈਸ਼ਲਿਟੀ ਹੁੰਦੀ ਹੈ ਗਰਮ ਮੁਲਕਾਂ ਦੀ ਲੇਕਿਨ ਮੈਨੂੰ ਹਾਲ ਹੀ ਮੈਂ ਪਤਾ ਲੱਗਾ ਹੈ ਕਿ ਇੱਥੇ ਵੀ ਇੱਕ ਵਾਟਰ ਪਾਰਕ ਹੈਗਾ ਅਤੇ ਉਹ ਵਾਟਰ ਪਾਰਕ ਇਨਡੋਰ ਆ ਸਾਰੇ ਦਾ ਸਾਰਾ ਅਤੇ ਉੱਥੇ ਜਾ ਰਹੇ ਹਾਂ ਅੱਜ ਦੇਖਦੇ ਹਾਂ ਜਨਾਬ ਉਹ ਵਾਟਰ ਪਾਰਕ ਕਿੱਦਾਂ ਕੰਪੇਅਰ ਕਰਦਾ ਹੈ ਦੁਬਈ ਦੇ ਵਾਟਰ ਪਾਰਕ ਦੇ ਨਾਲ ਅਤੇ ਉਮੀਦ ਤਾਂ ਹੈ ਕਿ ਜਨਾਬ ਅੱਛਾ ਹੋਏਗਾ ਜਿਹੜੀ ਇੱਕ ਚੀਜ਼ ਮੈਂ ਐਕਸਪੈਕਟ ਕਰ ਰਿਹਾ ਮਤਲਬ ਦੁਆਵਾਂ ਕਰ ਰਹੇ ਹਾਂ ਅੱਜ ਟੈਂਪਰੇਚਰ ਹੈਗਾ ਤਕਰੀਬਨ 1 ਸੈਂਟੀਗ੍ਰੇਡ ਅਤੇ 1 ਜੋ ਵੀ ਹੁੰਦਾ 1 ਡਿਗਰੀ 1 ਸੈਂਟੀਗ੍ਰੇਡ ਅਤੇ ਅੱਲਾ ਕਰੇ ਉੱਥੇ ਪਾਣੀ ਗਰਮ ਹੋਵੇ ਅਤੇ ਇੱਕ ਜਨਾਬ ਪਾਸ ਹੁਣ ਆਪਾਂ ਨਾਸ਼ਤੇ ਦਾ ਕੋਈ ਬੰਦੋਬਸਤ ਕਰੀਏ ਇੱਥੇ ਮੈਕਡੋਨਲਡ ਤੋਂ ਕੁਛ ਹੈ ਲਈਏ ਫਿਰ ਆਪਾਂ ਟਾਪੋ ਟਾਪ ਪੈ ਜਾਣਾ ਮੋਟਰਵੇ 'ਤੇ ਚਲੋ ਜੀ ਵੀ ਆਰ ਓਨ ਦਾ ਮੋਟਰਵੇ ਨਾਓ ਮੈਕਡੋਨਲਡ ਹੈਸ਼ ਬਰਾਊਨ ਬ੍ਰੈਕਫਾਸਟ We're near Kirkwood in Fleetwood and we're off to Blackpool. ਮੈਂ ਇਹ ਗੱਲ ਦੱਸਣੀ ਭੁੱਲ ਗਿਆ ਸੀ ਕਿ ਜੀ ਅਸੀਂ ਜਾ ਕਿੱਥੇ ਰਹੇ ਹਾਂ ਸੋ ਜਾ ਤਾਂ ਅਸੀਂ ਰਹੇ ਹਾਂ ਉੱਥੇ ਸੈਂਡ ਕਾਸਲ ਅੰਡਰਗਰਾਊਂਡ ਕਹਿੰਦਾ ਵਾਟਰ ਪਾਰਕ ਸੈਂਡ ਕਾਸਲ ਵਾਟਰ ਪਾਰਕ ਇਹਨੂੰ ਕੀ ਕਹੀਦਾ ਫਿਰ ਜਿਹੜਾ ਓਪਨ ਨਾ ਹੋਵੇ ਇਹਨੂੰ ਅੰਡਰਗਰਾਊਂਡ ਕਹੀਦਾ ਹੈ ਇਨਡੋਰ ਸੋਰੀ ਇਹ ਹੈਗਾ ਇਨਡੋਰ ਵਾਟਰ ਪਾਰਕ ਜਿਹੜੇ ਦੁਬਈ ਵਗੈਰਾ ਦੇ ਵਾਟਰ ਪਾਰਕ ਹੁੰਦੇ ਨੇ ਉਹ ਜ਼ਾਹਰਾ ਓਪਨ ਹੁੰਦੇ ਨੇ ਉੱਥੇ ਗਰਮੀ ਇੰਨੀ ਪੈਂਦੀ ਹੈ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਨੂੰ ਪਰਵਾਹ ਕੋਈ ਨਹੀਂ ਹੁੰਦੀ ਇੱਥੇ ਇਨਡੋਰ ਨੇ ਕਿਉਂਕਿ ਵੈਦਰ ਇੱਥੇ ਤੁਹਾਨੂੰ ਦੱਸਿਆ ਸੁਬਹਾ 1 ਡਿਗਰੀ ਟੈਂਪਰੇਚਰ ਆ ਅਤੇ ਇਨਡੋਰ ਜਿਹੜਾ ਕਰਨਾ ਸੈਂਸ ਬਣਦੀ ਹੈ ਸੈਕਿੰਡਲੀ ਮੈਂ ਦੁਆ ਕਰ ਰਿਹਾ ਪਾਣੀ ਗਰਮ ਹੋਵੇ ਜਿਹੜੀ ਮੇਨ ਗੱਲ ਮੈਂ ਭੁੱਲ ਗਿਆ ਸੀਗਾ ਦੱਸਣ ਵਾਲੀ ਇਹ ਸੈਂਡ ਕਾਸਲ ਹੈਗਾ ਆ ਬਲੈਕਪੂਲ ਦੇ ਵਿੱਚ ਬਲੈਕਪੂਲ ਇੱਕ ਸਾਹਲੀ ਇਲਾਕਾ ਆ ਨੌਰਥ ਵੈਸਟ ਆਫ ਇੰਗਲੈਂਡ ਦੇ ਵਿੱਚ ਉੱਥੇ ਮਤਲਬ ਨਾ ਇੱਕ ਪਲੇਅਰ ਬੀਚ ਵੀ ਆ ਵੈਸੇ ਬੀਚ ਵੀ ਆ ਅਗਰ ਤੁਸੀਂ ਬੀਚ ਦੇ ਉੱਤੇ ਵਾਕ ਅਰਾਊਂਡ ਕਰਨਾ ਆ ਚਹਿਲਕਦਮੀ ਕਰਨੀ ਆ ਅਤੇ ਇਹ ਜਿਹੀਆਂ ਹੋਰ ਬਹੁਤ ਅਟਰੈਕਸ਼ਨ ਵੀ ਨੇ ਸੋ ਅੱਜ ਅਸੀਂ ਜਾ ਰਹੇ ਹਾਂ ਜਨਾਬ ਇੱਥੇ ਸੈਂਡ ਕਾਸਲ 'ਤੇ ਅਤੇ ਇਨਸ਼ਾਅੱਲਾ ਫਿਰ ਕਦੇ ਗਏ ਤਾਂ ਤੁਹਾਨੂੰ ਬੀਚ 'ਤੇ ਵਾਕ ਅਰਾਊਂਡ ਵੀ ਕਰਾਵਾਂਗੇ ਜਾਂ ਕਿਸੇ ਹੋਰ ਅਟਰੈਕਸ਼ਨ ਦੇ ਉੱਤੇ ਵੀ ਤੁਹਾਨੂੰ ਉਹਦਾ ਐਕਸਪੀਰੀਅੰਸ ਕਰਾਵਾਂਗੇ ਫਿਰ ਵੀ ਆਰ ਬਲੈਕਪੂਲ ਜਿਹੜੀ ਮੇਨ ਰੋਡ ਆ ਇੱਧਰ ਤੁਸੀਂ ਦੇਖ ਸਕਦੇ ਹੋ ਸੀ ਆ ਅਤੇ ਇੱਧਰ ਜਨਾਬ ਸੂਰਤ ਹਾਲ ਆ ਮੇਨ ਰੋਡ ਆ ਅਤੇ ਆਹ ਸੈਂਡ ਕਾਸਲ ਪਾਰਕ ਆ ਜਿੱਥੇ ਅਸੀਂ ਜਾਣਾ ਆ ਵੀ ਜਸਟ ਨੀਡ ਟੂ ਫਾਇੰਡ ਅ ਪਾਰਕਿੰਗ ਨਾਓ ਦਿਸ ਇਜ਼ ਟੈਕਸੀਜ਼ Yeah, we need to do a UE. I think we need to do a UE and go back. I hope UE is allowed. This is the park, by the way, jithe assi jana hai. Yum yum yum. Te hun bas gaddi nu isse tikane te la diye. Te then we will come here. I was a parking se hagi ne te andar vi. Lekin I think we just gonna it on the road aur itthe samne blue car aa utthe parking slots hai kine available we just gonna park there and then we will come back can you just park it here and leave it now or do you have to pay for it so inab gaddi park karti hai main parking da hun saab dekhan chalya If you can see, the sea, इधर ही नाम अपना Blackpool शहर है. Okay, let me sort that out now. Okay, so we are all set. गाड़ी पार्क करती है. Sea, and right in front of us that Sandcastle Water Park indoor. It's a beautiful day to be here in Blackpool, यार. ਬਲੈਕਪੂਲ ਤੁਸੀਂ ਆਓ ਨਾ ਅਤੇ ਇੱਦਾਂ ਦਾ ਵੈਦਰ ਹੋਵੇ ਤਾਂ ਚਾਰ ਚੰਦ ਲੱਗ ਜਾਂਦੇ ਤੁਹਾਡੇ ਐਕਸਪੀਰੀਅੰਸ ਨੂੰ ਅਸੀਂ ਇੱਕ ਦਫਾ ਇੱਥੇ ਆਏ ਸੀਗੇ ਅਤੇ ਉਦੋਂ ਯਕੀਨ ਕਰੋ ਹਵਾ ਦੇ ਚੱਕਰ ਚੱਲ ਰਿਹਾ ਸੀਗਾ ਅਤੇ ਜਿਹੜਾ ਪਾਣੀ ਹੈ ਨਾ ਪਾਣੀ ਯਕੀਨ ਕਰੋ ਇੱਥੇ ਸਟਰੀਟ ਤੱਕ ਆ ਰਿਹਾ ਸੀਗਾ ਉੱਦਾਂ ਦੇ ਵੈਦਰ 'ਚ ਨਹੀਂ ਆਉਣਾ ਚਾਹੀਦਾ ਟੂਡੇ ਇਜ਼ ਦ ਕਾਇੰਡ ਆਫ ਵੈਦਰ ਯੂ ਵਾਂਟ ਟੂ ਵਿਜ਼ਿਟ ਬਲੈਕਪੂਲ
nice and warm. It's really nice and warm, yeah. Wish come true. Yeah, entrance hai jithe tusi enter hunne ho. Then I can see the tickets are in front of us. Tickets assi already laiyan hoyan ne online. We just need to show them. So here we are. Ticket laa ke na tusi bas utho jehde band wagaira laane hunde aa. Aa wale lockers, locker key, band. ਉਹ ਲੈ ਕੇ ਤੁਸੀਂ ਬਸ ਇੱਥੇ ਥਰੂ ਹੋ ਜਾਂਦੇ ਆ ਇਟਸ ਅ ਬਿਊਟੀਫੁਲ ਪਲੇਸ ਯਾਰ Hours later. How are you doing with that? Okay, now we are on the way out. मैं थोड़ी सारी स्टोरी सुनाना है कि मैं कैमरा अंदर क्यों इसलिए आ गया बाहर निकल के. So let's us get out of here. No exit. लो जी हम भी are on the way out and ਬਾਅਦ ਬਾਹਰ ਦਾ ਜਿਹੜਾ ਮੌਸਮ ਹੈ ਬਦਲ ਸਤੂਰ ਗੁੱਡ ਆ enjoyenglad.com here we are outside it was good 3 hours ਮਜ਼ਾ ਆਇਆ ਯਾਰ ਇਹਨੂੰ ਤੁਸੀਂ ਉਹਨਾਂ ਵਾਟਰ ਪਾਰਕਸ ਨਾਲ ਕੰਪੇਅਰ ਨਹੀਂ ਕਰ ਸਕਦੇ ਲਾਈਕ ਅਗਰ ਦੁਬਈ ਵਗੈਰਾ ਵਾਲੇ ਨੇ ਜਿਹੜੇ ਇੰਤਹਾਈ ਮਾਸਵ ਹੁੰਦੇ ਨੇ ਇਹ ਛੋਟਾ ਜਿਹਾ ਆ ਇੰਡੋਰ ਆ ਹਾਰਡਲੀ ਇਹਦੇ 'ਚ ਕੋਈ 6 ਜਾਂ 7 ਹੋਣਗੀਆਂ ਰਾਈਡਸ ਔਰ ਜਿੰਨੀਆਂ ਹੈਗੀਆਂ ਨੇ ਉਹ ਔਰ ਰਾਈਡ ਨੇ ਮਤਲਬ ਐਕਸਾਈਟਿੰਗ ਐਡਵੈਂਚਰਸ ਐਸੀਆਂ ਵੀ ਨੇ ਜਿਨ੍ਹਾਂ 'ਚ ਨਾ ਜਾਂ ਕਿਤੇ ਇੱਕ ਪੁਆਇੰਟ 'ਤੇ ਜਾ ਕੇ ਥੋੜ੍ਹਾ ਸਾਹ ਹੀ ਰੁਕ ਜਾਂਦਾ ਕਿ ਓ ਮਾਈ ਗੋਡ ਇਹ ਕੀ ਹੋ ਗਿਆ ਹਨੇਰਾ ਹੁੰਦਾ ਹਨੇਰਾ ਆਈ ਡੋਂਟ ਲਾਈਕ ਹਨੇਰਾ ਰਾਈਡਸ ਵਿੱਚ ਸੋ ਦੈਟਸ ਇਟ ਹੁਣ ਜਨਾਬ ਗੱਡੀ ਜਾਂਦੇ ਹਾਂ ਆਸਮਾਨ ਗੱਡੀ 'ਚ ਰੱਖਦੇ ਹਾਂ ਦੈਨ ਤੁਹਾਨੂੰ ਬੀਚ 'ਤੇ ਲੈ ਕੇ ਚੱਲਦੇ ਹਾਂ ਉੱਥੇ ਬਹਿ ਕੇ ਲੰਚ ਵੀ ਕਰਦੇ ਹਾਂ ਪਿਕਨਿਕ ਇੱਥੋਂ ਅਸੀਂ ਆਏ ਹਾਂ ਇਹ ਹੈਗਾ ਆ ਵਾਟਰ ਪਾਰਕ ਅਤੇ ਅੱਗੇ ਜਿਹੜੇ ਤੁਹਾਨੂੰ ਜ਼ਿਗ ਜ਼ੈਗ ਨਜ਼ਰ ਆ ਰਹੇ ਨੇ ਦੈਟਸ ਫੋਰ ਦਾ ਪਲੇਅਰ ਬੀਚ ਇਹ ਰੋਲਰ ਕੋਸਟਰ ਆ ਅਤੇ ਆਹ ਇਹਦਾ ਮੇਨ ਰੋਡ ਆ ਆਹ ਟਰਾਮ ਦੀਆਂ ਪਟੜੀਆਂ ਨੇ ਅਤੇ ਟਰਾਮ ਦੀਆਂ ਪਟੜੀਆਂ ਦੇ ਨਾਲ ਨਾ ਤੁਹਾਨੂੰ ਰੋਡ ਸਾਈਡ ਪਾਰਕਿੰਗ ਵੀ ਮਿਲ ਜਾਂਦੀ ਹੈ ਅਗਰ ਅਸੀਂ ਅੱਛੇ ਟਾਈਮ 'ਤੇ ਆ ਜਾਓ ਲਾਈਕ ਵੀ ਡਿਡ ਅਤੇ ਇੱਧਰ ਜਨਾਬ ਸਮੁੰਦਰ ਹੀ ਸਮੁੰਦਰ Hello Blackpool Elmer is coming Let's go down from here ਸਮ ਟਾਈਮ ਨਾ ਅਗਰ ਸਮੁੰਦਰ ਚੜ੍ਹਿਆ ਹੋਇਆ ਹੋਵੇ ਤਾਂ ਇੱਥੇ ਤੱਕ ਛੱਲਾਂ ਆ ਰਹੀਆਂ ਹੁੰਦੀਆਂ ਜ਼ੋਰੋ ਸ਼ੋਰ ਨਾਲ ਅੱਜ ਥੋੜ੍ਹਾ ਪਿੱਛੇ ਹਟਿਆ ਹੋਇਆ ਸੋ ਵੀ ਕੈਨ ਕੀਪ ਗੋਇੰਗ ਫੋਰਵਰਡ ਹੇਅਰ ਵੀ ਆਰ ਅਗਰ ਤੁਹਾਡਾ ਮੂਡ ਹੋਵੇ ਦੈਨ ਓਬਵੀਅਸਲੀ ਯੂ ਕੈਨ ਗੋ ਡਾਊਨ ਵਾਕ ਕਰ ਸਕਦੇ ਹੋ ਬੀਚ ਦੇ ਉੱਤੇ ਬਟ ਇਹ ਅਸੀਂ ਅੱਜ ਆਪਣਾ ਕਸਰ ਪੂਰੀ ਕਰ ਰਹੇ ਹਾਂ ਬੈਠਣ ਵਾਲੀ ਨਾ ਇਸ ਪਿਕਨਿਕ ਟਾਈਮ ਘਰੋਂ ਆਪਾਂ ਬਣਾ ਕੇ ਲਿਆਏ ਹਾਂ ਸੈਂਡਵਿਚ ਹੈ ਉਹ ਜਨਾਬ ਇੰਜੋਏ ਕਰਦੇ ਹਾਂ ਐਂਡ ਲੁੱਕ ਐਟ ਦ ਵਿਊ ਵੀ ਵਾਂਟ ਸਮਥਿੰਗ ਐਜ਼ ਵੈਲ ਖਾ ਲਿਆ ਆਪਣਾ ਬਾਈ ਹੁਣ ਹੋਰ ਬੰਦੋਬਸਤ ਕਰੋ ਕੋਈ ਚਲੋ ਜੀ ਬਸ ਹੁਣ ਵਾਟਰ ਪਾਰਕ ਹੋ ਗਿਆ ਪਿਕਨਿਕ ਹੋ ਗਈ ਦਿਨ ਤਾਂ ਬਹੁਤ ਅੱਛਾ ਆ ਲੇਕਿਨ ਨਾ ਹੁਣ ਠੰਡ ਆ ਜਿਹਦਾ ਮੈਂ ਤੁਹਾਨੂੰ ਸਵੇਰੇ ਵੀ ਕਿਹਾ ਸੀ ਨਾ ਕਿ ਟੈਂਪਰੇਚਰ ਕਾਫੀ ਡਾਊਨ ਆ ਅਤੇ ਹਵਾ ਚੱਲ ਰਹੀ ਆ ਇਟਸ ਗੁੱਡ ਇਟਸ ਬੀਨ ਅ ਗੁੱਡ ਡੇ ਅਤੇ ਹੁਣ ਬਸ
ਗੱਡੀ 'ਚ ਬਈਏ ਅਤੇ ਘਰ ਜਾਣ ਦੀ ਤਿਆਰੀ ਕਰੀਏ। ਅੱਜ ਵੈਸੇ ਐਸਾ ਅੱਛਾ ਦਿਨ ਆ ਕਿ ਯੂ ਕੈਨ ਮੇਕ ਦਾ ਡੇ, ਯੂ ਕੈਨ ਮੇਕ ਦਾ ਹੋਲ ਡੇ ਆਊਟ ਆਫ ਇਟ। ਮਤਲਬ ਕੋਈ ਐਕਟੀਵਿਟੀ ਕਰਨੀ ਹੋਵੇ ਉਹ ਕਰੋ, ਇੱਥੇ ਬੀਚ 'ਤੇ ਬਹਿ ਕੇ ਆਪਣਾ ਲੰਚ ਵਗੈਰਾ ਕਰੋ, ਦੈਨ ਇਫ ਯੂ ਕੈਨ ਸੀ ਔਨ ਦਾ ਅਦਰ ਸਾਈਡ, ਉੱਧਰ ਵੀ ਬਹੁਤ ਸਾਰੀਆਂ ਅਟਰੈਕਸ਼ਨਸ ਨੇ। ਉਹਦੇ ਵਾਸਤੇ ਜਾਂ ਤਾਂ ਤੁਸੀਂ ਉੱਥੇ ਡਰਾਈਵ ਕਰਕੇ ਉਸ ਸਾਈਡ 'ਤੇ ਚਲੇ ਜਾਓ, ਜਾਂ ਅਗਰ ਹਿੰਮਤ ਤਾਂ ਵਾਕ ਕਰਕੇ ਚਲੇ ਜਾਓ। ਲੇਕਿਨ ਦੇਰ ਇਜ਼ ਅ ਲੋਟ ਟੂ ਐਕਸਪਲੋਰ, ਅ ਲੋਟ ਟੂ ਡੂ। ਇੱਕ ਮੈਂ ਗੱਲ ਕਰਨੀ ਭੁੱਲ ਗਿਆ, ਮੈਂ ਜਦੋਂ ਅੰਦਰ ਜਾ ਰਿਹਾ ਸੀਗਾ ਨਾ, ਮੇਰਾ ਪ੍ਰੋਗਰਾਮ ਸੀਗਾ ਕਿ ਮੈਂ ਕੈਮਰਾ ਵੀ ਨਾਲ ਲੈ ਕੇ ਜਾਵਾਂਗਾ ਤਾਂ ਕਿ ਜਿਹੜੀਆਂ ਸਾਰੀਆਂ ਸਲਾਈਡਸ ਨੇ ਉਹਨਾਂ ਦਾ ਐਕਸਪੀਰੀਅੰਸ ਵਗੈਰਾ ਰਿਕਾਰਡ ਕਰ ਸਕਾਂ। ਲੇਕਿਨ ਉੱਥੇ ਅੰਦਰ ਵੜ ਕੇ ਨਾ ਮੈਂ ਦੇਖਿਆ ਕੋਈ ਨੋਟਿਸ ਲੱਗਿਆ ਹੋਇਆ ਸੀਗਾ ਕਿ ਇਜਾਜ਼ਤ ਤਾਂ ਹੈਗੀ ਸੀ ਕੈਮਰਾ ਲੈ ਕੇ ਜਾਣ ਦੀ, ਕੋਈ ਪਾਬੰਦੀ ਨਹੀਂ ਸੀ ਹੈਗੀ, ਲੇਕਿਨ ਕੰਟਰੋਲਡ ਪਰਮਿਸ਼ਨ ਸੀਗੀ। ਉਹਦੇ ਵਾਸਤੇ ਨਾ ਤੁਹਾਨੂੰ ਇੱਕ ਆਫਿਸ 'ਚ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਸੀ, ਮੁਮਕਿਨ ਆ ਉੱਥੇ ਜਾ ਕੇ ਕੁਝ ਡਿਸਕਲੋਜਰ ਵਗੈਰਾ ਸਾਈਨ ਕਰਨੇ ਪੈਂਦੇ ਹੋਣ। ਔਰ ਸੈਕਿੰਡਲੀ ਨਾ ਮੈਂ ਖੁਦ ਸੋਚਿਆ ਕਿ ਯਾਰ ਮਤਲਬ ਉਹ ਵਾਟਰ ਪਾਰਕ ਆ ਨਾ, ਉੱਥੇ ਲੋਕ ਆਪਣੇ ਮਤਲਬ ਸਵਿਮ ਸੂਟਸ ਦੇ ਵਿੱਚ ਹੁੰਦੇ ਨੇ, ਅਤੇ ਇਟ ਡਜ਼ਨਟ ਲੁੱਕ ਨਾਈਸ ਕਿ ਮੈਂ ਕੈਮਰਾ ਲਾ ਕੇ ਉੱਥੋਂ ਤੁਰਿਆ ਫਿਰਾਂ, ਇਸ ਲਈ ਮੈਂ ਕੈਮਰਾ ਅੰਦਰ ਨਹੀਂ ਸੀ ਲੈ ਗਿਆ। ਉਸ ਤੋਂ ਇਲਾਵਾ ਓਵਰਆਲ ਮੈਂ ਜਿਵੇਂ ਤੁਹਾਨੂੰ ਦੱਸਿਆ ਆ 6 ਜਾਂ 7 ਕਿਸਮ ਦੀਆਂ ਰਾਈਡਸ ਨੇ। ਆਈ ਥਿੰਕ ਇਟਸ ਨਾਟ ਬੈਡ ਫਾਰ 25 pounds ਫੋਰ ਐਨ ਅਡਲਟ, 3 ਘੰਟੇ। ਆਈ ਥਿੰਕ ਇਟਸ ਆਲ ਰਾਈਟ ਬੀਇੰਗ ਯੂ ਨੋ ਹੈਵਿੰਗ ਦੈਟ ਫੈਸਿਲਿਟੀ ਹੇਅਰ ਇਨ ਦਿਸ ਕੰਟਰੀ, ਉਸ ਹਿਸਾਬ ਨਾਲ ਬਹੁਤ ਅੱਛੀ ਆ। ਜਿਹੜੀਆਂ ਵਾਟਰ ਪਾਰਕਸ ਹੁੰਦੇ ਨੇ ਦੁਬਈ 'ਚ, ਜਿਹੜੇ ਅਸੀਂ ਮਤਲਬ ਐਕਸਪੀਰੀਅੰਸ ਕੀਤੇ ਨੇ, ਸਪੈਸ਼ਲੀ ਐਕੋਵੈਂਚਰ, ਉਹਦੀ ਟਿਕਟ ਹੁੰਦੀ ਉਹ ਸਾਰੇ ਦਿਨ ਦੀ ਹੁੰਦੀ ਹੈ, ਤਾਂ ਕਿ ਤੁਸੀਂ ਜਿੰਨਾ ਮਰਜ਼ੀ ਉੱਥੇ ਇੰਜੋਏ ਕਰ ਸਕੋ, ਜਿੰਨਾ ਮਰਜ਼ੀ ਟਾਈਮ ਗੁਜ਼ਾਰ ਸਕੋ। ਲੇਕਿਨ ਇੱਥੇ ਓਬਵੀਅਸਲੀ ਇੱਕ ਤਾਂ ਜਗ੍ਹਾ ਛੋਟੀ ਆ, ਦੂਸਰਾ ਤੁਹਾਨੂੰ 3 ਘੰਟੇ ਦੀ ਇੱਕ ਸਲੋਟ ਦਿੰਦੇ ਆ, ਔਰ ਰਾਈਡਸ ਵੀ ਇੰਨੀਆਂ ਨਹੀਂ ਹੈਗੀਆਂ ਕਿ ਤੁਸੀਂ ਸਾਰਾ ਦਿਨ ਮੁੜ ਮੁੜ ਕੇ ਉਹਨਾਂ ਨੂੰ ਲਈ ਜਾਵਾਂ, ਬਦਲ ਦਿਲ ਭਰ ਜਾਂਦਾ। ਸੋ ਦੈਟਸ ਇਟ। ਆਈ ਥਿੰਕ ਮੈਂ ਰਿਕਮੈਂਡ ਕਰਾਂਗਾ ਕਿ ਅਗਰ ਤੁਸੀਂ UK ਦੇ ਵਿੱਚ ਹੀ ਵਾਟਰ ਪਾਰਕ ਦੀ ਜਿਹੜੀ ਫੈਸਿਲਿਟੀ ਆ ਉਹਨੂੰ ਇੰਜੋਏ ਕਰਨਾ, ਤਾਂ ਉਹਦੇ ਵਾਸਤੇ ਅੱਛੀ ਚੀਜ਼ ਆ। ਅਗਰ ਤੁਸੀਂ ਦੁਬਈ, ਫਲੋਰੇਡਾ, ਕਤਰ ਵਗੈਰਾ ਜਾ ਸਕਦੇ ਹੋ, ਸੱਤੇ ਖੈਰਾਂ ਨੇ, ਅਦਰਵਾਈਜ਼ ਇਹ ਜਿਹੜੀ ਹੈ ਇਟਸ ਗੁੱਡ ਇਨਫ ਆ। ਅਤੇ ਚਲੋ ਠੀਕ ਆ, ਅੱਜ ਦੇ ਵਲੋਗ ਨੂੰ ਇੱਥੇ ਖਤਮ ਕਰਦੇ ਹਾਂ। ਆਪਣਾ ਖਿਆਲ ਰੱਖਿਓ ਬਹੁਤ ਬਹੁਤ, ਤੁਹਾਡੇ ਨਾਲ ਮੁਲਾਕਾਤ ਹੋਗੀ ਅਡੀਓ ਅਗਲੀ ਤੁਹਾਡੇ ਨਾਲ ਮੁਲਾਕਾਤ ਹੋਗੀ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਅੱਲਾ ਹਾਫਿਜ਼।